ਅਸਲਾਮੁਅਲੈਕੁਮ ਦੋਸਤੋ, ਮੈਂ ਤੁਹਾਡਾ ਵੀਰ ਭਰਾ ਸੋਲੀ ਪਿਜਨ ਵਲੌਗ ਜੀ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਯੂਟਿਊਬ ਚੈਨਲ ਜੀ। ਅੱਜ ਤੁਹਾਨੂੰ ਉਸਤਾਦ ਹੋਰਾਂ ਕੋ ਬੜੀ ਅੱਛੇ ਇੱਕ ਦੋ ਨੁਕਸੇ ਪੁੱਛ ਕੇ ਦੱਸਾਂਗੇ ਕਬੂਤਰਬਾਜ਼ੀ ਦੇ ਮੁਤਲਕ, ਅਤੇ ਜਿਹੜੇ ਕਬੂਤਰ ਉਡਾਉਣ ਦਾ ਤਰੀਕਾ ਉਹ ਵੀ ਤੁਹਾਨੂੰ ਪੁੱਛ ਕੇ ਦੱਸਾਂਗੇ। ਅਸਲਾਮੁਅਲੈਕੁਮ। ਹਾਂਜੀ ਉਸਤਾਦ ਜੀ, ਉਸਤਾਦ ਜੀ ਸਭ ਤੋਂ ਪਹਿਲੇ ਤੁਹਾਨੂੰ ਜਦੋਂ ਕਬੂਤਰਬਾਜ਼ੀ ਦਾ ਸ਼ੌਕ ਪਿਆ, ਠੀਕ ਹੈ, ਤੁਸੀਂ ਕਿਵੇਂ ਕਬੂਤਰਬਾਜ਼ੀ ਕਿੱਥੋਂ ਸਿੱਖੀ, ਕਿਵੇਂ ਤੁਹਾਨੂੰ ਕਬੂਤਰਬਾਜ਼ੀ ਦਾ ਸ਼ੌਕ ਪਿਆ? ਮੈਨੂੰ ਸ਼ੌਕ ਇਸ ਤਰ੍ਹਾਂ ਪਿਆ ਕਿ ਹਾਏ ਡੱਲਣ ਦਾ ਹੈ, ਪਠਾਣਾ ਦਾ ਬੱਠਾ ਜੀ, ਵਲੀ ਖਾਨ ਦਾ, ਵਲੀ ਖਾਨ ਪਠਾਣਾ, ਹਾਂ, ਉਸ ਬੱਠੇ ਤਰ੍ਹਾਂ ਦੇ ਮਲਕ ਮਲਾਂਗੇ। ਅੱਛਾ, ਉਹਨੇ ਮੈਨੂੰ ਕਬੂਤਰਾਂ ਦਾ ਸ਼ੌਕ ਮਕਸਦ ਕੇ ਸਿਖਾਇਆ। ਅੱਛਾ, ਕਬੂਤਰ ਦਾ ਸਹਿਬ ਹੀ ਮਕਸਦ ਕੇ ਕਿਵੇਂ ਉੱਡਦਾ ਹੈ, ਕੀ ਕਰਨਾ, ਹਾਂ, ਕਿਵੇਂ ਕਬੂਤਰ ਉਡਾਉਣਾ, ਕਿਵੇਂ ਗਰਮ ਕਰਨਾ, ਕਿਵੇਂ ਪਲਟਾਉਣਾ। ਅੱਛਾ, ਉਹਨੇ ਜੀ ਕਬੂਤਰ ਪਾਏ ਹਨ ਅਸੀਂ ਜੋਟ, ਉੱਥੇ ਬਾਜ਼ੀਆਂ ਲੱਗ ਗਈਆਂ, ਉਹਨੇ ਆਖਿਆ ਵੀ ਕਬੂਤਰ ਅਸੀਂ ਪੱਟ ਦਿੱਤੇ ਸਾਰੇ ਕਬੂਤਰ। ਉਹਨੇ ਜੀ ਦੱਸਿਆ ਜੀ ਤੁਸੀਂ ਕਬੂਤਰ ਨੂੰ ਕੀ ਕੰਮ ਕਰਨਾ, ਜਿਤਨੇ ਜਿਗਰ ਕਬੂਤਰ ਪਟਿਆ ਗਿਆ ਨਾ, ਕਬੂਤਰ ਜਦੋਂ ਆਪਾਂ ਫੜਕਾਂ 'ਚ ਪਾ ਦਿੱਤਾ, ਉਦੋਂ ਕਬੂਤਰ ਨੂੰ ਨਾ ਤੁਸੀਂ ਮਕਸਦ ਪਾਣੀ ਛਾਣੀ ਨਹੀਂ ਦੇ। ਅੱਛਾ, ਕਿਉਂਕਿ ਕਬੂਤਰ ਜਦੋਂ ਪਾਣੀ ਪੀ ਲੈਂਦਾ ਨਾ, ਅਤੇ ਪਾਣੀ ਦੇ ਦਿੰਦੇ ਨਾ ਕਬੂਤਰ ਕੱਚੇ, ਕੋਈ ਇੱਕ ਦੋ ਵਾਰ ਫੜਕਾ ਦੇ ਦਿੰਦੇ ਤਾਂ ਪਾਣੀ ਪੀ ਕੇ ਬੈਠ ਹੁੰਦਾ, ਜਾਂ ਪਾਣੀ ਆਪ ਦੇ ਦਿੰਦੇ ਨੇ, ਅੱਜ ਪਾਣੀ ਦੇ ਕੇ ਚੈੱਕ ਕਰੀ ਜੀ। ਜਦੋਂ ਪਾਣੀ ਦੇ ਕੇ ਚੈੱਕ ਰਹਿੰਦੇ ਨਾ ਕਬੂਤਰ ਜਦੋਂ ਉੱਤੇ ਜਾਂਦਾ ਨਾ, ਹਾਂਜੀ, ਆ ਕਬੂਤਰ ਜਿਸ ਸਮੇਂ 'ਚ ਪਾਣੀ ਤੋੜ ਜਾਂਦਾ, ਕਬੂਤਰ ਕਿਹੜਾ ਅਜਮਾਨ ਪਿਆ। ਅੱਛਾ ਜੀ, ਇਹ ਕਿਉਂਕਿ ਅਜਮਾਈ ਹੋਈ ਮੇਰੀ ਗੱਲ, ਉੱਥੋਂ ਜੇਕਰ ਕਬੂਤਰ ਨੂੰ ਪਾਣੀ ਨਾ ਦਿਓ, ਜੇ ਜੇਕਰ ਕਬੂਤਰ, ਅੱਛਾ ਜੀ, ਵੇਖੋ ਮੇਰਾ ਕਬੂਤਰ ਪਾਣੀ ਵੱਲ ਮਾਰ ਰਹਿੰਦਾ। ਅੱਛਾ ਜੀ, ਜਦੋਂ ਕਬੂਤਰ ਪਾਣੀ ਵੱਲ ਮਾਰ ਰਹੇ ਸੀ, ਉਦੋਂ ਕਬੂਤਰ ਨੂੰ ਥੋੜ੍ਹਾ ਜਿਹਾ ਪਾਣੀ। ਅੱਛਾ ਜੀ, ਅਤੇ ਹੁਣ ਮੇਰਾ ਕਬੂਤਰ ਪਾਣੀ ਜਿਵੇਂ ਜਿਵੇਂ ਥੋੜ੍ਹਾ ਥੋੜ੍ਹਾ ਦੇ ਸੋ, ਕਬੂਤਰ ਨੂੰ ਚੈੱਕ ਕਰੋ, ਅੱਜ ਜ਼ਹਿਨ 'ਚ ਰੱਖ ਵੀ ਕਬੂਤਰ ਕੀ ਕਰ ਰਹੇ ਨੇ। ਅੱਛਾ, ਮੁੜ ਪਾਣੀ ਦਿਓ ਨੇ, ਕਬੂਤਰ ਨੂੰ ਜੇਕਰ ਪਾਣੀ ਨਾ ਦਿਓ। ਅੱਛਾ ਜੀ, ਬਹੁਤ ਸ਼ੁਕਰੀਆ। ਅੱਛਾ, ਪਾਣੀ ਦੇ ਲਿਆ ਕਬੂਤਰ, ਜਦੋਂ ਆਪਾਂ ਪੱਟਣੇ ਆ ਨਵੇਂ ਕਬੂਤਰ, ਹੁਣ ਸਨ 2023 ਆਪਾਂ ਕਬੂਤਰ ਪੱਟੇ ਨੇ, ਪੱਟ ਕੇ ਉਹਨਾਂ ਨੂੰ ਕਿਵੇਂ ਪਾਣੀ ਚੁਕਾਉਣਾ ਚਾਹੀਦਾ, ਕਿਵੇਂ ਡਾਲਣਾ ਚਾਹੀਦਾ, ਕਿਵੇਂ ਉਹਨਾਂ ਦੀਆਂ ਵਾਰੀਆਂ ਸ਼ੁਰੂ ਸ਼ੁਰੂ ਤੋਂ ਸਟਾਰਟਿੰਗ ਲੈਣੀਆਂ ਚਾਹੀਦੀਆਂ? ਸ਼ੁਰੂ ਸ਼ੁਰੂ 'ਤੇ ਥੋੜ੍ਹੀਆਂ ਥੋੜ੍ਹੀਆਂ ਤੜਕਾ ਲੈਣੀ। ਅੱਛਾ, ਇਹ ਤਾਂ ਇੰਨੀ ਨਾ ਫੜਕ ਲਓ ਵੀ ਮੇਰਾ ਕਬੂਤਰ ਵੀ ਜਿਹੜਾ ਉੱਤੇ ਜ਼ੋਰ ਮਾਰ ਕੇ ਆਵੇ। ਅੱਛਾ, ਕਬੂਤਰ ਨੂੰ ਥੋੜ੍ਹਾ ਥੋੜ੍ਹਾ ਗੇੜੀ ਰੱਖੋ ਤਾਂ ਉਹ ਬਿਹਤਰ ਰਹਿੰਦਾ, ਵੀ ਆਪਣੀ ਮਰਜ਼ੀ ਨਾਲ ਜਿੰਨਾ ਘੁੱਟ ਮਰਜ਼ੀ ਨਾਲ 10 ਮਿੰਟ ਉੱਡ ਕੇ। ਅੱਛਾ, ਉਹਨੂੰ ਪਾਣੀ ਕਿੰਨੇ ਦਿਨ ਚੁਕਾਉਣਾ ਚਾਹੀਦਾ? ਪਾਣੀ ਹੇਠ ਚੈੱਕ ਕੀਤੀ ਰੱਖਣਾ, ਬੇਟ ਥੋੜ੍ਹੇ ਜਿਹੇ ਵੀ ਜਿਵੇਂ ਜਿਵੇਂ ਫੜਕਾ ਵੱਧੀਆਂ ਜੈਸ ਜੀ, ਅਤੇ ਉਦੋਂ ਉਦੋਂ ਉਸ ਤਰੀਕੇ ਚੈੱਕ ਕੀਤੀ ਰੱਖੋ। ਅੱਛਾ, ਜਦੋਂ ਉਦੋਂ ਤੀਕਰ ਨੇ ਕਬੂਤਰ ਨੂੰ ਪਾਣੀ ਦੇਣਾ, ਜਿਹਦੇ ਤੀਕਰ ਮੇਰਾ ਕਬੂਤਰ ਵੀ ਦੂਰ ਜਾ ਕੇ ਪਾਣੀ ਦੀ ਲਹਿਰ ਨਹੀਂ ਵੇਖਦਾ। ਅੱਛਾ ਜੀ, ਅਤੇ ਅਮੂਮਨ ਗੱਲ ਜਾਨਵਰ ਕਬੂਤਰ ਜਦੋਂ ਉੱਡਦਾ ਨਾ, ਹਾਂਜੀ, ਅਤੇ ਕਬੂਤਰ ਜਾਂਦਾ ਰਹਿੰਦਾ, ਇਹ ਨਹੀਂ ਗੱਲ ਹੁੰਦੀ, ਕਬੂਤਰ ਨੂੰ ਪਾਣੀ ਉਹਨਾਂ ਦੇਰ ਤੁਸੀਂ ਨਹੀਂ ਚੁਕਾਉਣਾ ਜਿੰਨਾ ਦੇਰ ਤੁਹਾਡਾ ਕਬੂਤਰ ਬਾਹਰ ਪਾਣੀ ਦੀ ਚਾਸ ਨਹੀਂ ਕਰਦਾ। ਨਹੀਂ, ਜਦੋਂ ਪਾਣੀ ਦੀ ਚਾਸ ਕਰਨ ਲੱਗ ਪਵੇ ਉਦੋਂ ਪਾਣੀ ਚੁਕਾਉਣਾ ਹੁੰਦਾ, ਉਦੋਂ ਪਾਣੀ ਚੁਕਾਉਣਾ। ਅੱਛਾ, ਉਹ ਵੀ ਥੋੜ੍ਹਾ ਥੋੜ੍ਹਾ ਕਰਕੇ ਚੁਕਾਉਣਾ। ਅੱਛਾ, ਥੋੜ੍ਹਾ ਥੋੜ੍ਹਾ ਕਿੰਨੇ ਕਿੰਨੇ ਸੀਸੀ? ਥੋੜ੍ਹਾ ਥੋੜ੍ਹਾ ਹੀ, ਦੋ ਦੋ ਤਿੰਨ ਤਿੰਨ ਸੀਸੀ ਕਰ ਦਿੰਦੇ, ਵਧਾਉਂਦੇ ਜਾਓ ਜਿਵੇਂ ਰੇਂਜ ਕਬੂਤਰ ਟਾਈਮ ਵਧਾਉਂਦਾ ਜਾਵੇ, ਟਾਈਮ ਵਧਾਉਂਦਾ। ਠੀਕ ਹੈ, ਤਾਂ ਕਬੂਤਰਾਂ ਨੂੰ ਜਦੋਂ ਤੁਹਾਡਾ ਕਬੂਤਰ ਪੂਰੇ ਇਸ ਤਿਆਰੀ 'ਚ ਅੱਪੜ ਜਾਂਦਾ, ਕਬੂਤਰਾਂ ਨੂੰ ਕੀ ਖੁਰਾਕ ਦਿੰਦੇ ਹੋ, ਕੀ ਪਾਉਂਦੇ ਹੋ? ਅਸੀਂ ਲਾ ਲੈਂਦੇ ਹਾਂ 2 ਕਿਲੋ ਲਾ ਲੈਂਦੇ ਹਾਂ ਬਾਜਰਾ, 2 ਕਿਲੋ ਬਾਜਰਾ, 3 ਕਿਲੋ ਦਹੀਂ, 3 ਕਿਲੋ ਦਹੀਂ। ਉਹਨੂੰ ਆਪਾਂ ਤਾਂ ਮਿਕਸ ਕਰ ਦਿੰਦੇ ਹਾਂ, ਬਾਜਰਾ ਇੰਝ ਦੋਣਾ ਜਿਵੇਂ ਆਪਾਂ ਆਪਦੇ ਚਾਵਲ ਦੋਨੇ ਖਾਣ ਵਾਸਤੇ, ਇਹ ਨਹੀਂ ਸੋਚਣਾ ਵੀ ਕਿ ਅਸੀਂ ਜਾਨਵਰ ਨੂੰ ਪਾਉਣਾ। ਅੱਛਾ, ਕਿਉਂਕਿ ਬਾਜਰਾ ਇਸ ਤਰੀਕੇ ਬਣਾਉਣਾ ਵੀ ਜਿਹੜਾ ਨਾ ਸਾਫ਼ ਸੁਥਰਾ, ਜਿਵੇਂ ਆਪਾਂ ਆਪ ਵਾਸਤੇ ਚਾਵਲ ਸਾਫ਼ ਕਰਨੇ ਜੀ, ਜੇ ਸਾਫ਼ ਹੋ ਜਾ ਸੀ ਨਾ, ਜਦੋਂ 3 ਕਿਲੋ ਦੂਸਰਾ 3 ਕਿਲੋ ਦਹੀਂ ਲਾ ਲਓ ਅਤੇ 2 ਕਿਲੋ ਬਾਜਰਾ, 3 ਕਿਲੋ ਦਹੀਂ, 2 ਕਿਲੋ ਬਾਜਰਾ, ਠੀਕ ਹੋ ਗਿਆ। ਉਹਨੂੰ ਪਾ ਲੈਣਾ ਕੱਪੜੇ ਦੇ ਮਿਕਸ ਕਰ ਦੇਣਾ, ਜੇ ਪਾਉਣਾ ਕਿਸੇ ਬਰਤਨੇ ਲਾ ਕੇ, ਹਾਂ, ਫਿਰ ਉਹਨੂੰ ਸਿੱਟ ਦੇਣਾ ਮੰਜੀ ਦੇ ਉੱਤੇ। ਅੱਛਾ ਜੀ, ਪਤਲਾ ਜਿਹਾ ਸਾਫਾ ਲਾ ਕੇ। ਅੱਛਾ ਜੀ, ਉੱਤੇ ਸੁਕਾਉਣਾ, ਪੱਖੇ 'ਤੇ ਸੁਕਾਉਣਾ, ਧੁੱਪ 'ਤੇ ਨਹੀਂ ਸੁਕਾਉਣਾ, ਧੁੱਪ 'ਤੇ ਬੋ ਮਾਰਦੇ, ਜੇ ਟੰਗਾ ਸੀ ਸੁੱਕ ਚੰਗੀ ਹੁੰਦੀ। ਅੱਛਾ ਜੀ, ਅਤੇ ਕਬੂਤਰ ਤੁਸੀਂ ਧੁੱਪ 'ਤੇ ਬੋ ਮਾਰ ਜਾਂਦਾ, ਠੰਡੀ ਛਾਂ 'ਤੇ ਸੁਕਾਉਣਾ ਉਹਨਾਂ, ਠੰਡੀ ਛਾਂ, ਕਿੰਨੇ ਦਿਨ ਸੁਕਾਉਣਾ? ਇਹ 4-5 ਦੇ ਵਿੱਚ ਜਿੱਦਾਂ ਦੇਖੋ ਮਹਿਸੂਸ ਨਹੀਂ ਹੁੰਦਾ ਕਿ ਮੇਰਾ ਬਾਜਰਾ ਸੁੱਕ ਗਿਆ। ਅੱਛਾ, 3 ਕਿਲੋ ਦਹੀਂ, 3 ਕਿਲੋ ਬਾਜਰਾ, 2 ਕਿਲੋ ਦਹੀਂ, ਨਹੀਂ, ਹਾਂ, 3 ਕਿਲੋ ਦਹੀਂ ਅਤੇ 2 ਕਿਲੋ ਬਾਜਰਾ। ਅੱਛਾ, 3 ਕਿਲੋ ਦਹੀਂ ਅਤੇ 2 ਕਿਲੋ ਬਾਜਰਾ, ਉਹਨੂੰ ਇੱਕ ਜਾਨ ਮਿਕਸ ਕਰ ਲੈਣਾ, ਇੱਕ ਜਾਨ ਬਾਜਰੇ ਨੂੰ ਪਹਿਲੇ ਧੋ ਕੇ ਸਾਫ਼ ਕਰ ਲੈਣਾ, ਠੀਕ ਹੈ, ਫਿਰ ਉਹਨਾਂ ਨੂੰ ਇੱਕ ਜਾਨ ਮਿਕਸ ਕਰਕੇ ਚੰਗੀ ਤਰ੍ਹਾਂ ਹੱਲ ਕਰਕੇ ਹੱਥਾਂ 'ਚ ਮਸਲ ਕੇ ਉਹਨੂੰ ਛਾਂ 'ਤੇ ਸੁਕਾਉਣਾ। ਅੱਛਾ, ਛਾਂ 'ਤੇ ਜਦੋਂ ਸੁੱਕ ਗਿਆ, ਛਾਂ 'ਤੇ ਜੇ ਸੁੱਕ ਗਿਆ ਤਾਂ ਕਬੂਤਰ ਨੂੰ ਤੁਸੀਂ ਜੀ ਕੀ ਕੰਮ ਕਰਨਾ ਹੈ, ਐਕਸਾਬੋਕਸ ਸੀਰਪ ਲਾ ਲੈਣਾ। ਐਕਸਾਬੋਕਸ ਸੀਰਪ, ਐਕਸਾਬੋਕਸ, ਅੱਛਾ, ਐਕਸਾਬੋਕਸ ਸੀਰਪ ਲਾ ਕੇ ਅਤੇ ਉਹਦੇ ਨਾਲ ਗੁਲਾਬ ਕਰਾਉਣਾ। ਅੱਛਾ, ਲਾ ਲੈਣਾ 2 ਕਿਲੋ ਪਾਣੀ ਹੋਏ ਅਤੇ 2 ਢੱਕਣ ਸੁੱਟਣੇ ਨੇ, 2 ਕਿਲੋ ਪਾਣੀ 'ਚ ਐਕਸਾਫੋਕਸ ਦੇ 2 ਢੱਕਣ ਪਾਉਣੇ, 1 ਢੱਕਣ ਪਾਉਣਾ। ਅੱਛਾ, ਅਤੇ ਉਹਦੇ ਜੇ ਟਵੇਕੋ ਪਾਣੀ 1/2 ਕਿਲੋ ਰਹਿ ਗਿਆ। ਅੱਛਾ, ਜਦੋਂ ਮਕਸਦ ਹੈ ਕਿ ਜਦੋਂ ਚੰਗੀ ਉਂਗ ਪੱਕ ਗਿਆ ਉਦੋਂ ਉਹ ਪਾਣੀ ਦੇ, ਉਹ ਪਾਣੀ ਪਕਾ ਕੇ ਸ਼ਰਬਤ ਦੇ ਸਮੇਤ, ਹਾਂਜੀ, ਹਾਂ, ਵਿੱਚ ਸ਼ਰਬਤ ਪਾ ਕੇ ਪਕਾ ਲੈਣਾ। ਪਕਾ ਲੈਣਾ। ਅੱਛਾ, ਜਦੋਂ ਪੱਕ ਗਿਆ ਸੀ ਉਦੋਂ ਦਿਓ।
अच्छा जी। तो वो क्योंकि जेड़े कबूतर क्योंकि उनके सोकड़े वास्ते कंट्रोल करता है तो जानवर के जिसम की भी तंदुरुस्ती रखता है, कबूतर उन्हें साफ ही हो जाता। अच्छा जी। जो साफ हो जाते तो बाजरा दे। अच्छा जी, बाजरा दे के वो तोड़ा कबूतर तैयारी हो गया, ठीक है, फुल तैयार हो गया। वो तुसी किन्ने दिहाड़े बाजरा दे के बाजी छड़ दे हो, किन्निया पानी वाली वारियां लैंदे हो, किन्निया सुक्कियां लैंदे हो? असी जी की काम करने, महीना पहला बाजरा शुरू कर देने। अच्छा, तुम वेने में 10 दिन रह गए अंदर है या बाजी। हाँ जी। तो उदो असी वो बदाम खाने शुरू कर देने। अच्छा, तक असी दिवाली करके। अच्छा जी, जो 10 दिन रह जाते हो तो बादाम शुरू कर देंगे हो? ठीक है। तो पहले 30 दिन उन्होंने बाजरा बुजरा ही खवाई रखते, बाजरा वो थोड़ा कबूतर फुल तैयारी हो जाता है। जो फुल तैयारी हो जाए फिर तुम उन्होंने बादाम शुरू कर दे। जो तुम रात पहली रात गर्म कर दो किमें करते हो? असं पहली रात गर्म करने जिम्मे आम बंद खरीद नुकसा की नुकसान लाते हो? ये दालचीनी हो गई, लौंग इलाची हो गई, दालचीनी मोटी इलाची, लौंग। अच्छा, होर ਵਿੱਚ ਗੁੜ ਪਾ ਲੈਣੇ ਥੋੜ੍ਹਾ ਜਿਹਾ, ਵਿੱਚ ਗੁੜ ਪੈ ਗਿਆ, ਥੋੜ੍ਹੀ ਜਿਹੀ ਪੱਤੀ ਪਾ ਲੈਣੀ, ਥੋੜ੍ਹੀ ਜਿਹੀ ਪੱਤੀ ਪਾ ਲਈ, ਖੁਸ਼ਕ ਵੀ ਹੋ ਜਾਣਾ। ਹਾਂਜੀ, ਅਤੇ ਗਰਮ ਕਰ ਦਿੰਦੇ। ਅੱਛਾ, ਗਰਮ ਕਰ ਦਿਓ। ਪਾਣੀ ਕਿੰਨਾ ਇਸਤੇਮਾਲ ਕਰਦੇ ਹੋ? ਪਾਣੀ ਅਸੀਂ ਉਹਨੂੰ ਇਸਤੇਮਾਲ ਕਰਨੇ 20 cc 20 cc। ਉਹ ਚੀਜ਼ਾਂ ਕਿੰਨੀ ਕਿੰਨੀ ਮਕਦਾਰ 'ਚ ਕਬੂਤਰ ਵਾਸਤੇ ਪਾਉਂਦੇ ਹੋ ਤੁਸੀਂ? ਥੋੜ੍ਹੀ ਥੋੜ੍ਹੀ ਪਾਉਂਦੇ, 3-3-4। ਜੀ, ਲੌਂਗ ਕਿੰਨਾ ਪਾਉਂਦੇ ਹੋ? ਲੌਂਗ ਵਿੱਚ 2-3-4 ਦਿਨ। ਅਤੇ ਮਨੱਕਾ? ਮੱਕੇ 3-4 ਦਿਨ। ਅਤੇ ਛੋਟੀ ਇਲਾਚੀ? ਉਹ 1 cc ਦਿਨ। ਇੱਕ ਛੋਟੀ ਇਲਾਚੀ ਪਾ ਦਿੰਦੇ। ਪੱਤੀ ਕਿੰਨੀ ਕੁ ਪਾਉਂਦੇ ਹੋ? ਪੱਤੀ ਜ਼ਰੀ ਹੈ ਐਵੇਂ ਥੋੜ੍ਹੀ ਵੀ ਚਣੇ ਦਾਣੇ ਜੀ? ਹਾਂ, ਇੱਕ ਉੱਤੇ ਜੇ ਜ਼ਿਆਦਾ ਕਬੂਤਰ ਆਉਣ ਤਾਂ ਫਿਰ ਥੋੜ੍ਹੀ ਜਿਹੀ ਜ਼ਿਆਦਾ। ਅਤੇ ਦਾਲਚੀਨੀ ਕਿੰਨੀ ਇਸਤੇਮਾਲ ਕਰਦੇ ਹੋ? ਦਾਲਚੀਨੀ ਕੋਈ 4-5 ਛਿੱਲੜ ਵੀ 9 ਜਿੰਨੇ? ਹਾਂ, ਛਿੱਲੜ ਨਹੀਂ ਹੁੰਦੇ ਥੋੜ੍ਹੇ। ਹਾਂ, ਵੀ 9 ਜਿੰਨੇ ਹੋ ਜਾਣ। ਹਾਂ, ਅੱਛਾ, ਠੀਕ ਹੋ ਗਿਆ। ਗਰਮ ਤੇ ਮੋਟੀ ਇਲਾਚੀ ਦਾ ਦਾਣਾ ਪਾਉਂਦੇ ਹੋ ਵੱਡੀ ਦਾ? ਹਾਂ, ਉਹ ਦਿੰਦੇ। ਅੱਛਾ, ਠੀਕ। ਇਹਨਾਂ ਚੀਜ਼ਾਂ ਨਾਲ ਪਾ ਕੇ ਤੇ 20 cc ਪਾਣੀ ਪਾ ਲੈਂਦੇ ਹੋ? 20 cc। ਉਹ ਜਦੋਂ ਪਾਣੀ ਕਿੰਨਾ ਰਹਿ ਜਾਣਾ ਚਾਹੀਦਾ? ਪਾਣੀ ਤੁਸੀਂ ਪਕਾ ਲਓ ਨਾ ਜੇ ਟਾਈਮ, ਅਤੇ ਮਕਸਦ ਹੈ ਕਿ 1 ਪਿਆਲੀ ਪਾਣੀ ਦੀ ਪਾ ਲਓ ਜੀ, ਚੰਗੀ ਉਹ ਕਾੜ ਕੇ ਦੇ ਦਿਓ ਉਹਨੂੰ, ਜੇ ਕਿਤੇ ਢੱਕ ਦਿਓ। ਅੱਛਾ, 10 ਵਜੇ ਉਹਨੂੰ ਖੋਲੋ ਰਾਤੀ। ਅੱਛਾ ਜੀ, ਕਿੰਨੇ ਘੰਟੇ? ਬਈ ਮਕਸਦ 8 ਵਜੇ ਬੰਦ ਕਰ ਦਿੱਤਾ ਕਬੂਤਰ, ਗਰਮੀ ਦੀ ਰੇਂਜ ਵੇਖ ਕੇ ਕਰਨਾ। ਅੱਛਾ, 8 ਵਜੇ ਬੰਦ ਕਰ ਦਿੱਤਾ, 10 ਵਜੇ ਖੋਲ ਲੈਣਾ। ਵੀ 2 ਘੰਟੇ ਜੇ ਗਰਮੀ ਥੋੜ੍ਹੀ ਹੋਵੇ? ਤਾਂ ਗਰਮੀ ਥੋੜ੍ਹੀ ਹੋਵੇ ਤਾਂ ਫਿਰ ਪਾਲਾਂਗੇ, ਨਹੀਂ ਜੇ ਗਰਮੀ ਥੋੜ੍ਹੀ ਹੋਵੇ ਨਾ ਤਾਂ ਫਿਰ 8 ਵਜੇ, ਜੇ ਗਰਮੀ ਜ਼ਿਆਦਾ ਹੋਵੇ ਪਾਲਾਂ ਤਾਂ ਫਿਰ ਪਾਲਾਂ ਬੰਦ ਕਰ। ਅੱਛਾ, ਅਤੇ ਬੰਦ 2 ਘੰਟੇ ਕਰਨਾ? 2 ਘੰਟੇ, ਠੀਕ ਹੈ। ਜਦੋਂ ਉਹਨੂੰ ਪੱਟ ਲਿਆ ਫਿਰ ਉਹਦੇ ਨਾਲ ਕੀ ਕਰਨਾ? ਉਹਨੂੰ ਫਿਰ ਛੱਡ ਦੇਣਾ ਜੱਟ, ਉਹਨੂੰ ਤੁਰਾਂ ਫਿਰਨ ਦੇ ਅੰਦਰ। ਅੱਛਾ, ਫਿਰ ਦਾ ਖੁਰਕੀ ਸ਼ੁਰਕੀ? ਅੱਛਾ, ਜਿਸਮ ਨੂੰ ਖੁਰਕੇਗਾ ਖੁੱਲ੍ਹਾ ਹੋਏਗਾ? ਹਾਂ। ਅੱਛਾ, ਉਸ ਤੋਂ ਬਾਅਦ ਗੋਲੀ ਹੁੰਦੀ ਹੈ ਜਿਹੜੀ ਦਿੰਦੇ ਸੀ ਕੁਛ ਤੱਕ ਲਈ, ਅਤੇ ਮੁਣੱਕਾ ਅਤੇ ਏਵਲ ਅਤੇ ਹੋਰ ਕੁਛ ਕੁਸ਼ਤਾ ਕਲੀ ਮਨੱਕਾ ਏਵਲ ਤੇ ਮੁਸ਼ਕਪੂਰ? ਮੁਸ਼ਕਪੂਰ। ਇਹ ਕਿੰਨੀ ਕਿੰਨੀ ਮਕਦਾਰ ਲੈਣੀ? ਇਹ ਵਾਲਾ ਬਣਾ ਲੈਣੀ। ਅੱਛਾ, ਜਦੋਂ ਬਣਾ ਲੈਣੀ ਇਹਨਾਂ ਦੀ ਮਕਦਾਰ ਦੱਸੋ ਨਾ, ਕਿੰਨੀ ਕਿੰਨੀ ਪਾਣੀ? ਥੋੜ੍ਹੀ ਥੋੜ੍ਹੀ ਕਰ, ਜਿਵੇਂ ਯਾਰ ਜੇ ਜਿਵੇਂ ਜ਼ਿਆਦੀਆਂ ਜੇ ਕਬੂਤਰਾਂ ਵਾਸਤੇ ਗੋਲੀਆਂ ਬਣਾਉਣੀ, ਜਿਵੇਂ ਗੋਲੀ ਬਣਦੀ ਹੈ ਆਹੋ, ਅਤੇ ਫਿਰ ਵੀ ਜਿਵੇਂ ਬਣਾ ਕੇ ਆਪਾਂ ਰੱਖ ਲੈਂਦੇ ਇਕੱਠੀ ਕਰਕੇ। ਅੱਛਾ, ਅਤੇ ਉਹ ਇਕੱਠੀ ਕਰਕੇ ਅਤੇ ਫਿਰ ਭਾਵੇਂ ਜਿਤਨੀ ਮਰਜ਼ੀ ਗੋਲੀਆਂ ਬਣਾ ਲਓ। ਅੱਛਾ, ਮਕਸਦ ਮੇਰੀ ਗੱਲ ਕਰ, ਇੱਕ ਕਬੂਤਰ ਦੀ ਮਕਦਾਰ ਦੀ? ਇੱਕ ਕਬੂਤਰ ਦੀ ਮਕਦਾਰ ਦੀ ਆਪਾਂ ਮਿਕਸ ਕਰ ਲਈਏ ਨਾ, ਗੋਲੀਆਂ ਬਣਾਉਣੀਆਂ ਨਾ ਪਤਲੀਆਂ ਥੋੜ੍ਹੀਆਂ। ਅੱਛਾ, ਇਹਨਾਂ ਦੀ ਠੀਕ ਹੈ। ਤੇ 4 ਚੀਜ਼ਾਂ ਹੋ ਗਈਆਂ। ਪਹਿਲੇ ਨੰਬਰ ਤੇ ਕਿਹੜੀ ਚੀਜ਼ ਸੀ? ਕੁਸ਼ਤਾ ਕਲੀ। ਹਾਂ। ਦੂਜੇ ਨੰਬਰ ਤੇ ਮਨੱਕਾ। ਮਨੱਕਾ। ਤੀਜੇ ਨੰਬਰ ਤੇ ਮੁਸ਼ਕਪੂਰ। ਮੁਸ਼ਕਪੂਰ। ਤੇ ਏਵਲ ਕਿੰਨੇ ਨੰਬਰ? 25 ਨੰਬਰ। ਏਵਲ 25 ਨੰਬਰ। ਇਹ 4 ਚੀਜ਼ਾਂ ਤੁਸੀਂ ਇੱਕ ਜਗ੍ਹਾ ਤੇ ਇੱਕ ਜਾਣ ਕਰ ਲਈਆਂ? ਇੱਕ ਜਾਣ ਕਰ ਲਈਆਂ। ਅੱਛਾ, ਉਹਨਾਂ ਨੇ ਜੇ ਟਾਈਮ ਜਾਣ ਕਰ ਲੈਣਾ ਨਾ, ਤੇ ਉਹਨੂੰ ਸਿਰਫ ਕਣਕ ਦੇ ਦਾਣੇ ਜਿਤਨੇ। ਅੱਛਾ, ਰਾਤੀ 10 ਵਜੇ ਦੇ ਦੇਣੀ? ਰਾਤੀ 10 ਵਜੇ ਕਣਕ ਦੇ ਦਾਣੇ ਜਿੰਨੀ ਦੇ ਦੇਣੀ? ਇੱਕ ਕਬੂਤਰ? ਇੱਕ ਕਬੂਤਰ। ਅੱਛਾ, ਰਾਤੀ 10 ਵਜੇ ਦੇ ਦੇਣੀ, ਅਤੇ ਇੱਥੇ ਥੋੜ੍ਹਾ ਜਿਹਾ ਕੋਸਾ ਦੂਆ ਸਾਦਾ ਪਾਣੀ ਦੇਣਾ, ਉਹ ਨਹੀਂ ਪਾਣੀ ਦੇਣਾ। ਅੱਛਾ ਜੀ, ਅਤੇ ਇਹ ਵੀ ਕਬੂਤਰ ਮਕਸਦ ਹੈ ਕਿ ਦੇ ਦੇਣਾ। ਅੱਛਾ, ਫਿਰ ਰਾਤੀ ਕਬੂਤਰ ਪੜਨਾ 4 ਵਜੇ। ਅੱਛਾ ਜੀ, 4 ਵਜੇ ਕਬੂਤਰ ਪੱਟ ਕੇ। ਅੱਛਾ ਜੀ, ਅਤੇ ਉਹਨੂੰ ਪਾਣੀ ਸਾਦਾ ਹੀ ਦੇਣਾ। ਅੱਛਾ ਜੀ, ਨਲਕੇ ਦਾ ਤਾਜ਼ਾ ਹੋਵੇ ਮਕਸਦ ਕਿ ਤਾਜ਼ਾ ਪਾਣੀ। ਅੱਛਾ ਜੀ, ਠੰਡਾ ਨਹੀਂ ਦੇਣਾ। ਹਾਂਜੀ ਹਾਂਜੀ, ਉਹ ਰੱਖ ਦੇ ਸੀ। ਅੱਛਾ ਜੀ, ਉਹਨੂੰ ਮੁੜ ਕੇ ਠੰਡਾ ਪਾਣੀ ਦੇ, ਜਦੋਂ ਕਬੂਤਰ ਪੱਟਣਾ ਉਹਨੂੰ ਨਲਕੇ ਦਾ ਤਾਜ਼ਾ ਨਿੱਘਾ ਪਾਣੀ ਦੇਣਾ। ਨਿੱਘਾ ਪਾਣੀ, ਠੀਕ। ਠੰਡਾ ਪਾਣੀ ਨਹੀਂ ਦੇਣਾ, ਨਾ ਹੀ ਗਰਮ ਦੇਣਾ, ਨਾ ਹੀ ਗਰਮ, ਤਾਜ਼ਾ ਨਲਕੇ ਤੋਂ ਲਿਆ ਕੇ ਦੇ। ਅੱਛਾ, ਜਿਹੜੀ ਏਵਲ ਤੁਸੀਂ ਪਾਣੀ 'ਚ ਪਕਾਉਂਦੇ ਹੋ ਕਿਵੇਂ ਪਕਾਉਂਦੇ ਸੀ? ਅਸੀਂ ਉਹ ਇਸ ਤਰੀਕੇ ਗੋਲੀ ਬਣਾ ਲੈਂਦੇ, ਥੋੜ੍ਹੀ ਜਿਹੀ ਆਟਾ ਉੱਤੇ ਲਾ ਲੈਂਦੇ। ਕਿਹੜੀਆਂ ਕਿਹੜੀਆਂ ਚੀਜ਼ਾਂ? ਇਹੋ ਕੁਸ਼ਤਾ ਕਲੀ ਅਤੇ ਏਵਲ ਅਤੇ ਮਨੱਕਾ ਅਤੇ ਮੁਸ਼ਕਪੂਰ। ਮੁਸ਼ਕਪੂਰ, ਕੁਸ਼ਤਾ ਕਲੀ, ਏਵਲ, ਮਨੱਕਾ, ਮੁਸ਼ਕਪੂਰ, ਇਹ 4 ਚੀਜ਼ਾਂ ਦੀ ਗੋਲੀ ਬਣਾ ਲੈਂਦੇ ਹੋ ਥੋੜ੍ਹੀ ਥੋੜ੍ਹੀ ਮਕਦਾਰ ਲਾ ਕੇ, ਠੀਕ। ਉਹ ਆਟੇ 'ਚ ਬੰਦ ਕਰਕੇ ਅਤੇ ਪਾਣੀ 'ਚ ਪਾ ਦਿੱਤੇ? ਹਾਂ, ਅਤੇ ਦੇਗੜੀ ਲਾ ਲੈਣੀ ਪਾਣੀ, ਵਾਹ ਵਾਹ ਸਾਰੀ ਵੱਧੀ ਇੱਕ ਦੇਗੜੀ ਹੋਵੇ। ਅੱਛਾ, ਉਹਦੇ ਵਿੱਚ ਸਿੱਟ ਦੇਣਾ, ਹੁਣ ਪਾਣੀ ਚੰਗੀ ਵਾਂਗੂ ਉਗਲਣ ਦੇਣਾ। ਅੱਛਾ, ਅਤੇ ਗੋਲੀ ਵਿੱਚ ਸੱਟ ਦੇਣੀ। ਅੱਛਾ, ਫਿਰ ਉਹ ਸੁਕਾ ਕੇ, ਠੀਕ। ਉਹ ਪਾਣੀ ਕਿੰਨਾ ਪਾਉਂਦੇ ਹੋ?
गोली छोटी पानी पका लेना जो पानी पक जाए तो कबूतर गर्म किया कबूतर मार लेना गोडे ते क्योंकि कबूतर जिस समय चवा शवा भर जाते पलटा लेना पलटा पोटे की हवा कड लेनी हवा कड के जिन्हें कबूतर पलटाने पोटे की हवा कड लेनी गोली दे पानी दे कबूतर बाजी छड़ ठीक है वारी च कबूतर 30 cc पानी दिने जो आप गर्म करने फिर आप कबूतर पानी क्यों वधाने पानी इस गल वधाने के पानी वधाने बाजी आले दे बाजी आले दे पानी बे तलब ना अच्छा गर्म होया हुंदा पानी ज्यादा टोड़दा जानवर ज्यादा टोड़दा हां ता 5-7 cc पानी वध देंदे जे ठीक है जदों तुसी मोड़ कबूतर तुहाडा शामी बराबर हो गया मोड़ च जित गया मोड़ च आ गया मोड़ च किवें सामदे हो मोड़ च असीं इस तरीके सामने आ के ला लैणी है जिवें जिवें आया कबूतर आए कबूतर दीआं थक्कां किवें कढ़दे उहनूं सामदे सारा तरीका दस्सो ਇਹ ਅਸੀਂ ਜਦੋਂ ਆਉਂਦੇ ਹਾਂ ਨਾ ਮੋੜ ਦੇ ਵਿੱਚ ਨੁਕਸਾਨ ਸ਼ਾਮੀ ਕਬੂਤਰ ਬਾ ਲਿਆ ਪਹਿਲੇ ਜੇ ਬਾ ਲਿਆ ਪਹਿਲੇ ਅੱਛਾ ਅਸੀਂ ਲਾ ਲੈਂਦੇ ਹਾਂ ਮਕਸਦ ਕਿਲੋ ਲਾ ਲਿਆ ਅਸੀਂ ਦੇਸੀ ਘਿਓ ਅੱਛਾ ਕਿਲੋ ਦੇਸੀ ਘਿਓ ਲਾ ਕੇ ਅੱਛਾ ਲਾ ਲੈਣਾ ਇਹੋ ਜਿਹੜਾ ਆਪਾਂ ਤੁਹਾਨੂੰ ਦੱਸਿਆ ਵੀ ਗਰਮ ਕਿਹੜੀ ਚੀਜ਼ ਨਾ ਕਰਨਾ ਅੱਛਾ ਦਾਲ ਚੀਨੀ ਉਸੇ ਨਾਲ ਹੀ ਗਰਮ ਕਰਨਾ ਨਹੀਂ ਨਹੀਂ ਗਰਮ ਨਹੀਂ ਕਰਨਾ ਹਾਂ ਦਾਲ ਚੀਨੀ ਲਾ ਲੈਣੀ ਲੌਂਗ ਇਲਾਚੀ ਵੀ ਜੇ ਲਾ ਕੇ ਨਾ ਤੇ ਗੋੜੇ 'ਚ ਪਾ ਲੈਣੀ ਅੱਛਾ ਜੀ ਗੁੜ ਬਣਾ ਲੈਣਾ ਨਹੀਂ ਦੇਸੀ ਘਿਓ ਅੱਛਾ ਦੇਸੀ ਘਿਓ ਦੇ ਸਿੱਟ ਕੇ ਨਾ ਤੇ ਉਹਨੂੰ ਅੱਗ ਤੇ ਚੰਗੀ ਵਾਂਗੂ ਉਬਾਲ ਲੈਣਾ ਅੱਛਾ ਘਿਓ ਦੇ ਵਿੱਚ ਜੇ ਅਸੀਂ ਪੱਕ ਹਾਂਜੀ ਪੱਕ ਜਾ ਸੀ ਘਿਓ ਅੱਛਾ ਜੀ ਤੇ ਉਹ ਤੁਸੀਂ ਜੀ ਕੀ ਕੰਮ ਕਰਨਾ ਜੇ ਚ ਵੇਖਣਾ ਵੀ ਘਿਓ ਲਾਲ ਹੋ ਗਿਆ ਰਤਾ ਹਾਂਜੀ ਉਹਦਾ ਲਾ ਲੈਣਾ ਤੁਸੀਂ ਹਾਂਜੀ ਜਿਹੜਾ ਉਹਦੇ ਵਿੱਚ ਸਮਾਨ ਹੈ ਉਹ ਤੁਸੀਂ ਸਿੱਟ ਦੇਣਾ ਅੱਛਾ ਜੀ ਤੇ ਉਹ ਜਿਹੜਾ ਘਿਓ ਗੁੜ ਦੇ ਵਿੱਚ ਪਾ ਲੈਣਾ ਉਹ ਕਿਲੋ ਕਿ ਹੋਈ गुड़ मकसद जो पक जाना ना उन्हें एक गुड़ सटना जिन्हें एक मिक्स कबूतर आए संभाल लेना गुड़ कबूतर संभाल के गुड़ किन्ना दें रोड़ी जी बना के छोटी अच्छा एक रोड़ी छोटी बना के ना चने दाने जी चने दाने ठीक है अगे अगे कबूतर ओ तुहाडा कबूतर बिल्कुल तैयारी पूरा हो गया थक्का थुक्का काढ लिया होंगे हां थक्का थुक्का काढ ले हां जी जी अस्सलाम वालेकुम दोस्तों आज दी वीडियो सानू जज दे इंशाल्लाह नवी वीडियो लेके जरूर हाजिर होवांगे जी।